स्पीकर साहब, स्पीकर साहब ਤੁਹਾਨੂੰ ਸਾਰੀ ਆਪੋਜੀਸ਼ਨ ਕਾਂਗਰਸ ਪਾਰਟੀ ਦੇ ਸਾਰੇ ਐਮਐਲਏ ਬੇਨਤੀ ਕਰ ਰਹੇ ਨੇ ਤੁਸੀਂ ਸਵਾਲ ਨੰਬਰ ਬੋਲੋ ਜੀ ਉਹ ਸਵਾਲ ਹੀ ਕਰ ਰਿਹਾ ਤੁਹਾਨੂੰ ਸਵਾਲ ਹੀ ਕਰ ਰਿਹਾ ਸਵਾਲ ਹੀ ਕਰ ਰਿਹਾ ਇੰਨਾ ਵੀ ਥੱਲੇ ਨਾ ਲੱਗੋ ਇਹਨਾਂ ਦੇ ਥੋੜਾ ਜਿਹਾ ਸਵਾਲ ਦੀ ਮਰਿਆਦਾ ਰੱਖੋ ਐਲੋ ਮੈਂ ਤਾਂ ਪਤਾ ਹੈ ਇਧਰਲੇ ਪਾਸੇ ਦੇ ਮੈਂਬਰ ਨੇ ਵੀ ਕੁਐਸਚਨ ਲਾਏ ਆ ਇਧਰਲੇ ਪਾਸੇ ਮੈਂਬਰ ਨੇ ਕੁਐਸਚਨ ਲਾਏ ਆ ਔਰ ਉਹ ਕੁਐਸਚਨਸ ਪੰਜਾਬ ਦੇ ਲੋਕਾਂ ਦੇ ਨਾਲ ਸੰਬੰਧਿਤ ਨੇ ਪੰਜਾਬ ਦੇ ਲੋਕਾਂ ਦੇ ਨਾਲ ਸੰਬੰਧਿਤ ਨੇ ਸੋ ਮੈਂ ਇਹ ਕੁਐਸਚਨ ਆਵਰ ਦੇ ਵਿੱਚ ਵਿਗੜ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਸਰਦਾਰ ਵਿਕਰਮਜੀਤ ਸਿੰਘ ਚੌਧਰੀ ਚੌਧਰੀ ਸਾਹਿਬ ਤੁਹਾਡਾ ਸਵਾਲ ਲੱਗਿਆ ਸੁਣ ਲਓ ਚੌਧਰੀ ਸਾਹਿਬ ਸਵਾਲ ਸੁਣੋਗੇ ਚੌਧਰੀ ਵਿਕਰਮਜੀਤ ਚੌਧਰੀ ਜੀ ਸਪੀਕਰ ਸਾਹਿਬ ਸਪੀਕਰ ਸਾਹਿਬ ਤੁਹਾਨੂੰ ਸਾਰੀ ਆਪੋਜੀਸ਼ਨ ਕਾਂਗਰਸ ਪਾਰਟੀ ਦੇ ਸਾਰੇ ਐਮਐਲਏ ਬੇਨਤੀ ਕਰ ਰਹੇ ਨੇ ਤੁਸੀਂ ਸਵਾਲ ਨੰਬਰ ਬੋਲੋ ਜੀ ਉਹ ਸਵਾਲ ਹੀ ਕਰ ਰਿਹਾ ਤੁਹਾਨੂੰ ਸਵਾਲ ਹੀ ਕਰ ਰਿਹਾ ਸਵਾਲ ਹੀ ਕਰ ਰਿਹਾ ਇੰਨਾ ਵੀ ਥੱਲੇ ਨਾ ਲੱਗੋ ਇਹਨਾਂ ਦੇ ਥੋੜਾ ਜਿਹਾ ਸਵਾਲ ਦੀ ਮਰਿਆਦਾ ਰੱਖੋ ਐਲੋ ਮੈਂ ਤਾਂ ਪਤਾ ਹੈ ਮੈਂ ਬਤੌਰ ਸਪੀਕਰ ਮੈਨੂੰ ਪੂਰਾ ਪਤਾ ਹੈ ਕਿ ਸਭ ਤੋਂ ਸੈਕਰੋਸੈਂਕਟ ਹੁੰਦਾ ਹੈ ਕੁਐਸਚਨ ਆਵਰ ਇਧਰਲੇ ਪਾਸੇ ਦੇ ਮੈਂਬਰ ਨੇ ਵੀ ਕੁਐਸਚਨ ਲਾਏ ਆ ਇਧਰਲੇ ਪਾਸੇ ਮੈਂਬਰ ਨੇ ਕੁਐਸਚਨ ਲਾਏ ਆ ਔਰ ਉਹ ਕੁਐਸਚਨਸ ਪੰਜਾਬ ਦੇ ਲੋਕਾਂ ਦੇ ਨਾਲ ਸੰਬੰਧਿਤ ਨੇ ਪੰਜਾਬ ਦੇ ਲੋਕਾਂ ਦੇ ਨਾਲ ਸੰਬੰਧਿਤ ਨੇ ਸੋ ਮੈਂ ਇਹ ਕੁਐਸਚਨ ਆਵਰ ਦੇ ਵਿੱਚ ਵਿਗੜ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਨੈਵਰ ਜੋ ਕੁਝ ਵੀ ਚੇਅਰ ਦੀ ਯਾਦ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਸਰਦਾਰ ਦਲਜੀਤ ਸਿੰਘ ਭੋਲਾ ਗਰੇਵਾਲ ਧੰਨਵਾਦ ਸਪੀਕਰ ਸਾਹਿਬ 846 ਨੰਬਰ ਡਾਕਟਰ ਇੰਦਰਵੀਰ ਸਿੰਘ ਨਿੱਜਰ ਜੀ ਸਪੀਕਰ ਸਾਹਿਬ ਲੁਧਿਆਣਾ ਸ਼ਹਿਰ ਚ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਹੈਗੀ ਹੈ ਕਿਉਂਕਿ ਆ ਜਿਹੜੇ ਨਾਰੇ ਲਾਉਣ ਦਾ ਇਹਨਾਂ ਕੋਈ ਧਿਆਨ ਨਹੀਂ ਕੀਤਾ ਇੰਨੇ ਸਾਲ ਇੱਕ ਜਿਹੜਾ ਮੇਨ ਫਲਾਈਓਵਰ ਬਣ ਰਿਹਾ ਫਿਰੋਜ਼ਪੁਰ ਰੋਡ ਤੇ ਉਹਦੇ ਨਾਲ 70% ਜਿਹੜੀ ਸਮੱਸਿਆ ਹੱਲ ਹੋ ਜਾਏਗੀ ਪੱਖਾਵਾਲ ਰੋਡ ਤੇ ਰੇਲਵੇ ਓਵਰ ਬ੍ਰਿਜ ਰੇਲਵੇ ਅੰਡਰ ਬ੍ਰਿਜ ਬਣ ਰਿਹਾ ਉਹਦੇ ਨਾਲ ਬਹੁਤ ਹੱਲ ਹੋ ਜਾਏਗੀ ਬੁੱਢਾ ਦਰਿਆ ਤੇ ਜਿਹੜੀ ਸੜਕ ਬਣੀ ਹੋਈ ਹੈ ਉਹਨੂੰ ਚੌੜਾ ਕਰ ਲਿਆ ਜਾਏਗਾ ਦੂਜੇ ਬੰਨੇ ਸੜਕ ਬਣਾਈ ਜਾਏਗੀ ਉਹਦੇ ਨਾਲ ਵੀ ਸਮੱਸਿਆ ਕਾਫੀ ਹੱਲ ਹੋ ਜਾਏਗੀ ਉਹਦੇ ਬਾਅਦ ਇੱਕ ਕੰਸਲਟੈਂਟ ਅਸੀਂ ਲਗਾ ਲਿਆ ਹੈ ਉਹ ਕੰਸਲਟੈਂਟ ਸਾਨੂੰ ਐਡਵਾਈਸ ਕਰੇਗਾ ਕਿ ਕਿਹੜੀ ਕਿਹੜੀ ਚੀਜ਼ ਸ਼ਹਿਰ ਚ ਕਰਨ ਵਾਲੀ ਅਸੀਂ ਉਸ ਤਰ੍ਹਾਂ ਹੀ ਕਰਾਂਗੇ ਚੌਂਕਾਂ ਨੂੰ ਇੰਪਰੂਵ ਕਰਾਂਗੇ ਅਡੈਪਟਿਵ ਲਾਈਟਸ ਜਿਹੜੀਆਂ ਨੇ 42 ਨੰਬਰ ਅਸੀਂ ਆਰਡਰ ਕਰਤੀਆਂ ਨੇ ਇਹ 42 ਲਾਈਟਾਂ ਆਉਣ ਨਾਲ ਟ੍ਰੈਫਿਕ ਨੂੰ ਜੱਜ ਕਰਕੇ ਟ੍ਰੈਫਿਕ ਕਿੰਨੀ ਸੰਘਣੀ ਹੈ ਉਸ ਤਰ੍ਹਾਂ ਟ੍ਰੈਫਿਕ ਸਿਗਨਲ ਹੋਇਆ ਕਰਨਗੇ ਜਿਹੜਾ ICCC ਹੈ ਉਹ ਲਾਗੂ ਹੋ ਗਿਆ 14,000 ਕੈਮਰਾ ਚੱਲ ਰਿਹਾ ਲੁਧਿਆਣੇ ਵਿੱਚ 300 ਕੈਮਰੇ ਹੋਰ ਲੱਗਣੇ ਨੇ ਇਹ ਲੱਗਣ ਨਾਲ ਹੋਰ ਫਾਇਦਾ ਹੋ ਜਾਏਗਾ ਸਾਨੂੰ ਔਰ ਉਹਦੇ ਬਾਅਦ ਆਖਿਰ ਵਿੱਚ ਸਾਡੇ ਕੋਈ 195 ਜਿਹੜੇ ਨੇ ਉਹ ਪੁਲਿਸ ਕਰਮਚਾਰੀ ਟ੍ਰੈਫਿਕ ਪੁਲਿਸ ਨੂੰ ਰੈਗੂਲੇਟ ਕਰਦੇ ਨੇ ਟ੍ਰੈਫਿਕ ਨੂੰ ਰੈਗੂਲੇਟ ਕਰਦੇ ਨੇ ਅਸੀਂ ਪੁਲਿਸ ਨਾਲ ਮਿਲ ਕੇ ਇਹ ਨਫਰੀ ਵਧਾਉਣ ਜਾ ਰਹੇ ਹਾਂ ਸੋ ਲੁਧਿਆਣੇ ਦੀ ਟ੍ਰੈਫਿਕ ਅਸੀਂ ਕੰਟਰੋਲ ਕਰ ਲੈਣੀ ਹੈ ਜੀ ਸਰਦਾਰ ਦਲਜੀਤ ਸਿੰਘ ਭੋਲਾ ਗਰੇਵਾਲ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਮਾਨਯੋਗ ਸਪੀਕਰ ਸਾਹਿਬ ਜਿਹੜੀ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਹੈ ਕਿਉਂਕਿ ਮਤਲਬ ਕਿ ਮੇਨ ਸ਼ਹਿਰ ਆ ਲੁਧਿਆਣਾ ਪੰਜਾਬ ਦੇ ਵਿੱਚ ਬਹੁਤ ਵੱਡੀ ਵਾਦੀ ਹੈ ਅਤੇ ਔਰ ਅਲੱਗ ਅਲੱਗ ਸ਼ਹਿਰਾਂ ਦੇ ਵਿੱਚੋਂ ਅਲੱਗ ਅਲੱਗ ਖੇਤਰਾਂ 'ਚ ਉੱਥੇ ਮਤਲਬ ਕਿ ਟ੍ਰੈਫਿਕ ਆਉਂਦੀ ਹੈ ਪਰ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਮੰਤਰੀ ਸਾਹਿਬ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਜਿਹੜਾ ਬੁੱਢਾ ਨਾਲਾ ਬੁੱਢਾ ਦਰਿਆ ਚੱਲਦਾ ਸ਼ਹਿਰ ਦੇ ਵਿੱਚ ਦੀ ਉਹ ਸੈਂਟਰ ਦੇ ਵਿੱਚ ਦੀ ਜਾਂਦਾ ਵਾ ਉਹਦੇ ਆਸੇ ਪਾਸੇ ਜੇ ਮੈਂ ਸਵਾਲ ਪੁੱਛਣਾ ਚਾਹੁੰਦਾ ਜੇ ਉਹਦੇ ਆਸੇ ਪਾਸੇ ਜਗ੍ਹਾ ਖਰੀਦ ਕੇ ਇਨਕਰੋਚਮੈਂਟ ਖਤਮ ਕਰਕੇ ਦੋਨੇ ਪਾਸੇ ਵਧੀਆ ਢੰਗ ਨਾਲ ਸੜਕਾਂ ਬਣਾ ਦਿੱਤੀਆਂ ਜਾਣ ਤਾਂ ਕਾਫੀ 70% ਟ੍ਰੈਫਿਕ ਦਾ ਮਸਲਾ ਹੱਲ ਹੋ ਸਕਦਾ ਮੈਂ ਸਵਾਲ ਪੁੱਛਣਾ ਚਾਹੁੰਦਾ ਉਹਦੇ ਨਾਲ ਜਿਹੜੇ ਦਰਿਆ ਦੇ ਨਾਲ ਆਸੇ ਪਾਸੇ ਕੋਈ ਜਗ੍ਹਾ ਖਰੀਦਣ ਦੀ ਤਜਵੀਜ਼ ਵੀ ਹੈਗੀ ਆ ਕਿਉਂਕਿ ਉਸ ਤੋਂ ਬਗੈਰ ਕੋਈ ਹੱਲ ਨਹੀਂ ਹੈਗਾ ਜੀ ਮੰਤਰੀ ਜੀ
बिल्कुल ठीक गल है सर, ये जिहड़ी गल कर रहे ने कि जमीन खरीद के जिहड़ी सड़क पहले ही हैगी है बुढ़ा दरिया दे नाल वो चौड़ी कर रहे हैं असीं, और जिहड़ा दूजा बन्ना दूजा तट है उत्थे सड़क बना रहे हैं। सो ये साडी हैगा, बाकी बाकी जिहड़ियां जिहड़ियां बाकी इन्हां तजवीज़ कीती है कि दरिया दे नाल नाल बनाई जाए वह भी असीं बिल्कुल प्लैनिंग साडी हैगी है। और तीजी गल है जिहड़े राउंड अबाउट ने वह छोटे व्डे करने, जिस तरह सानूं एडवाइस किया जाएगा उस तरह करांगे।